ਸ੍ਰੀਕਾਲ ਨੇਕ ਭਾਜੀ ਜੀ, ਤੁਹਾਡੇ ਗਰੁੱਪ ਦਾ ਸਾਰਿਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜੀ। ਅਤੇ ਮੈਨੂੰ ਤੁਹਾਡੇ ਗਰੁੱਪ ਦੇ ਬਲਜਿੰਦਰ ਭਾਜੀ ਹੁਣੀ ਮਿਲਿਆ ਜੀ ਦੁਬਈ ਦੇ ਵਿੱਚ। ਮੈਂ ਇੱਥੇ ਤਿੰਨ ਮੰਥ ਦਾ ਵੀਜ਼ਾ ਲੈ ਕੇ ਆਇਆ ਸੀ, ਵਿਜਿਟ ਵੀਜ਼ਾ ਏਜੰਟ ਦੇ ਥਰੂ, ਅਤੇ ਮੈਨੂੰ ਇੱਥੇ ਵਰਕ ਪਰਮਿਟ ਦੇ ਵਿੱਚ ਲਿਆ ਕੇ ਚੇਂਜ ਕਰਨ ਨੂੰ ਕਹਿੰਦੇ ਸੀ, ਪਰ ਮੇਰਾ ਵੀਜ਼ਾ ਕਿਸੇ ਨੇ ਕੋਈ ਚੇਂਜ ਨਹੀਂ ਕੀਤਾ। ਅਤੇ ਅੱਜ ਮੇਰੇ ਵੀਜ਼ੇ ਦੀ ਲਾਸਟ ਡੇਟ ਸੀ ਅਤੇ ਮੇਰਾ ਓਵਰਸਟੇਅ ਡੇ ਸੀ ਅੱਜ, ਅਤੇ ਮੈਨੂੰ ਇਹ ਬਲਜਿੰਦਰ ਭਾਜੀ ਹੁਣੀ ਮੈਨੂੰ ਮਿਲੇ ਆ, ਅਤੇ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਅਤੇ ਮੈਨੂੰ ਇੱਥੋਂ ਫਸੇ ਨੂੰ ਕਢਾਇਆ। ਅਤੇ ਮੈਂ ਇੰਡੀਆ ਵਿੱਚ ਵੀ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਵੀ ਵੀਰੋ, ਕੋਈ ਵੀ ਵਿਜਿਟ ਵੀਜ਼ੇ 'ਤੇ ਇੱਥੇ ਦੁਬਈ ਦੇ ਵਿੱਚ ਨਾ ਆਓ, ਅਤੇ ਦੁਬਈ ਦੇ ਵਿੱਚ ਕੰਮ ਨਹੀਂ ਆ ਆਉਣਾ, ਅਤੇ ਤੁਸੀਂ ਆਪਣੇ ਕੰਪਨੀ ਦਾ ਵੀਜ਼ਾ ਲੈ ਕੇ ਆਓ, ਵਿਜਿਟ ਵੀਜ਼ੇ 'ਤੇ ਨਾ ਕੋਈ ਆਓ। ਅਤੇ ਮੈਂ ਬਹੁਤ ਖੱਜਲ ਖੁਆਰ ਹੋਇਆ ਹਾਂ, 1 ਲੱਖ ਅਤੇ ਮੈਂ ਵਿਜਿਟ ਵੀਜ਼ੇ ਦਾ 1 ਲੱਖ ਰੁਪਇਆ ਦੇ ਕੇ ਆਇਆ ਸੀ, ਅਤੇ ਆ ਕੇ ਮੈਨੂੰ ਕੋਈ ਕੰਮ ਨਹੀਂ ਮਿਲਿਆ। ਏਜੰਟਾਂ ਨੇ ਮੈਨੂੰ 1 ਮਹੀਨਾ ਰੂਮ ਦੇ ਵਿੱਚ ਬਿਠਾਈ ਰੱਖਿਆ, ਅਤੇ ਮੇਰੇ ਕੋਲ ਰੋਟੀ ਪਾਣੀ ਦਾ ਵੀ ਕੋਈ ਖਰਚਾ ਨਹੀਂ ਸੀ, ਬਹੁਤ ਮਾੜੇ ਹਾਲਾਤ ਦੇ ਵਿੱਚੋਂ ਮੈਂ ਉਹਨੂੰ ਗਿਆ। ਅਤੇ ਮੈਨੂੰ ਇਹ ਤਾਂ ਗਰੁੱਪ ਦਾ, ਤੁਹਾਡੇ ਗਰੁੱਪ ਦਾ ਪਤਾ ਚੱਲਿਆ, ਅਤੇ ਮੈਨੂੰ ਬਲਜਿੰਦਰ ਭਾਜੀ ਹੁਣੀ ਮਿਲਿਆ, ਅਤੇ ਅੱਜ ਇਹਨਾਂ ਨੇ ਮੈਨੂੰ ਇੱਥੇ ਸ਼ਾਰਜਾ ਏਅਰਪੋਰਟ 'ਤੇ ਮੈਨੂੰ ਡਰੋਪ ਕੀਤਾ ਜੀ। ਮੈਂ ਬਹੁਤ ਬਹੁਤ ਤੁਹਾਡਾ